ਕੋਈ ਬੰਦਾ ਆਪਣੀ ਤਾਰੀਫ ਵੀ ਚੋਂ ਕਰ ਕਿਸੇ ਹਦੀਸ ਚੋਂ ਸਾਬਤ ਨਹੀਂ ਕਰ ਸਕਦਾ ਬਲੀ ਆਏ ਸੁਨੀਆਂ ਵਿੱਚ ਹੋਏ ਨੇ ਕਰੋੜਾਂ ਕੀੜੀਆਂ ਵਿੱਚੋਂ
ਕੀਤਾ ਸੀ ਕਿਹੜੀ ਗੱਲ
ਜਿਹੜਾ ਵਿਰਾਸਤ ਦੇ ਪਰ ਕੀਆ ਜਿਹੜਾ ਸੁਲੇਮਾਨ ਦਾ ਸਲਾਮ ਸਲਾਮ ਦੇ ਉਹ ਵਜ਼ੀਰ ਸਨ ਜੋਨਾ ਦੀ ਉਮਰ ਦੇ ਬਲੀ ਵੀ ਸਨ ਤੇ ਜਿਹਨਾਂ ਆਖਿਆ ਕਿ ਮੈਂ ਲੈ ਕੇ ਆਉਂਦਾ ਫਰਮਾਇਆ ਕਿ ਨਹੀਂ ਦੇਰੇ ਚ ਆਇਆ ਕਿ ਨੋਟ ਜੇ ਖੋਲੋ ਫਰਮਾਇਆ ਨਾ ਇਹਦੀ ਦੇਰੇ ਚ ਆ ਸਭ ਮੈਂਬਰ ਕੀਆ ਨਾ ਕਿ ਹਜ਼ੂਰ ਤੁਸੀਂ ਜਾਗੂ ਫਰਮਾਇਆ ਤੁਹਾਡੇ ਸਾਹਮਣੇ ਖੜਾ ਕਰਕੇ ਜਾਵਾਂ ਉਹ ਨਾਲਾ ਬਲੀ ਸੀ ਤੇ ਇਹ ਅਗਰ ਤੇ ਸੁਲੇਮਾਨ ਦਾ ਸਲਾਮ ਦੇ ਪੈਗੰਬਰ ਦੇ ਬਲੀ ਦੀ ਬਲੀ ਦੀ ਉਮਰ ਦੀ ਇਹ ਹਾਲ ਹੈ ਇਹ ਆਦੀ ਸ਼ਾਨ ਹੈ ਇਹ ਆਪਾ ਮਕਾਮ ਹੈ ਤੇ ਨਬੀ ਪਾਕ ਦੀ ਉਮਰ ਦੇ ਬਲੀ ਦਾ ਕੀ ਮਕਾਮ ਹੋਵੇਗਾ ਹਜ਼ੂਰ ਦੀ ਉਮਰ ਦੇ ਬਲੀ ਦਾ ਕਿੰਨਾ ਮਕਾਮ ਹੋਵੇਗਾ ਬਾਅਦ ਅੱਗੇ ਨਿਕਲ ਜਾਏ ਜੀ 5 ਸਾਲ ਉਸ ਬੰਦੇ ਦੀ ਤਰਬੀਅਤ ਹੁੰਦੀ ਰਹੀ ਉਹ ਬੰਦਾ ਮਸਲਾ ਪੁੱਛਦਾ ਵੇ ਮੌਲਵੀ ਆਂਦੇ ਆ ਇਹ ਇਹ ਤਰਬੀਅਤ ਨੇ 5 ਸਾਲਾਂ ਤੋਂ ਬਾਅਦ ਆਂਦਾ ਮੈਂ ਰਾਜਵੇਟ ਮਸਜਿਦ ਦੇ ਅੰਦਰ ਲੇਟੇ ਆ ਇੱਕ ਬਾਬਾ ਸਾਹਿਬੇ ਚੋਲੇ ਵਾਲਾ ਵੇ ਸਫੈਦ ਲਿਬਾਸ ਪਾਇਆ ਤੂੰ ਸਾਹਾ ਚੋਲਾ ਉੱਤੇ ਪਾਇਆ ਮਾਮਾ ਸ਼ਰੀਫ ਸਿਰ ਦੇ ਹੱਥ ਵਿੱਚ ਖੁੰਡਾ ਵੇ ਉਸ ਮਸਜਿਦ ਦੇ ਅੰਦਰ ਆਇਆ ਇਹਨਾਂ ਮੌਲਵੀਆਂ ਤੈਨੂੰ ਮਸਲਾ ਕੋਈ ਨਹੀਂ ਦੱਸਣਾ ਇਹਨਾਂ ਮੌਲਵੀਆਂ ਤੈਨੂੰ ਮਸਲਾ मसला कुछ नहीं सुबह उठ के नाना साहब के नाल वाल मुंह कर ले सोने वाले दरवाजे तू अंदर दाखिल हो जाए तेन मसला लग जाएगा हजरात बाद नबी हो गए जो बंदा उठिया खैर गल मौलवी सारे सुते पे ने अपने गुथरिया अपने सारे ਅਲੀ ਮੈਂ
I mean.